ਏ ਆਕਾਸ਼ਵਾਣੀ ਜੰਮੂ ਹੈ ਤੁਸ ਵਿਡੀਓ ਬਟਾਟ ਕੋ ਲ ਖਬਰਾਂ ਸੁਨੋ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਕਾਉਂਸਲ ਨੇ ਜੰਮੂ ਹਵਾਈ ਅੱਡੇ ਦਾ ਨਵਾਂ ਟਰਮੀਨਲ ਸਥਾਪਿਤ ਕਰਨੇ ਹਾਸਤੇ 에ਅਰਪੋਰਟ ਅਥਾਰਟੀ ਆਫ ਇੰਡੀਆ ਕੀ ਰਖ ਰੈਪਰ ਗ੍ਰਾਂਜ 974 ਕਨਾਲ ਸ਼ਮਤੀ ਜਿਮੇ ਮੁਫਤ ਮੰਤਕਿਲ ਕਰਨੇ ਦੀ ਮਨਜ਼ੂਰੀ ਦੇ ਦਿੱਤੀ ਹੈ ਲੈਫਟੇਨੈਂਟ ਗਵਰਨਰ ਮਨੋਤ ਸਿਨਾਉਂ ਦੀ ਪ੍ਰਧਾਨਤਾ ਚ ਕਲਸ਼ਟ ਨਗਰ ਚ ਕਾਉਂਸਲ ਦੀ ਪੇਟਕ ਲਾਈ ਗਈ ਗੌਰਤਲਬ ਜਿੰਨਾ ਮੇ ਟਰਮੀਨਲ ਦੇ ਨਿਰਮਾਣ ਕਰਨੇ ਜੰਮੂ ਅਵਾਇਅਡ ਦੀ ਸਮਰਥ ਚ ਖਰਮਤਾ ਬਦੋਈ ਜਾਗ ਜਿਹਦੇ ਕੰਨੇ ਸੈਲ ਸਫਾ ਤੇ ਅਰਥਵਿਵਸਥਾ ਕੀ ਬੜਾਵਾ ਹੋਗ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾਉਂਗਣ ਸ਼ਤਿਨਗਰ ਤੇ ਨਾਤੀਪੁਰਾ ਇਲਾਕੇ ਚ ਕੱਲ ਸੰਯੋਗ ਦੇ ਇੱਕ ਟਾਕਰੇ ਚ ਸੁਰੱਖਿਆ ਬਲ ਨੇ ਲਸ਼ਕਰ-ਏ-ਤਾਇਬਾ ਗੁੱਟ ਦੇ ਇੱਕ ਅਤੰਕਵਾਦੀ ਕੀ ਮਾਰੀ ਮੁਕਾਇਆ ਮਾਰੇ ਗਏ ਤੇ ਅਤੰਕਵਾਦੀ ਦੀ ਪਛਾਣ ਸ਼ਪਈਆਂ ਤੇ ਰੌਣੀ ਵਾਲੇ ਆਕਿਬ ਬਸ਼ੀਰ ਦੇ ਤੌਰ ਉਪਰ ਕੀਤੀ ਗਈ ਹੈ ਪੁਲਿਸ ਮੁਜਬ ਅਤੰਕਵਾਦੀ ਨੇ ਨਾਤੀਪੁਰਾ ਦੇ ਨੇੜੇ ਪੁਲਿਸ ਪਾਰਟੀ ਪਰ ਗੋਲੀਬਾਰੀ ਕੀਤੀ ਜਿਦਾ ਪੁਲਿਸ ਪਾਸਿਆਂ ਵੀ ਫੌਰਨ ਬੰਕ ਦਾ ਪਰਦਾ ਦਿੱਤਾ ਗਿਆ ਇਸੇ ਕਾਰਵਾਈ ਚ ਇੱਕ ਅਤੰਕਵਾਦੀ ਮਾਰਿਆ ਗਿਆ ਜਿਸ ਲਿਕੇ ਉਰਦੂ ਗੇ ਅਤੰਕਵਾਦੀ ਉਥੋਂ ਨੱਸੀ ਜਾਣ ਚ ਕਾਮਯਾਬ ਹੋਈ ਕੇ ਟਾਕਰੇ ਵਾਲੀ ਥਾਰਤ ਮਾ ਇੱਕ AK-47 ਰਫਲ ਤਰੇ ਮੈਗਜ਼ੀਨਾ ਤੇ ਕਿਸ਼ ਕਰਤੂਸ ਬਾਰ ਕੀਤੇ ਗੇਨ ਔਰ ਨੇ ਅਤੰਕਵਾਦੀਆਂ ਦੇ ਖਿਲਾਫ ਇਕੜ ਲਈ ਤਪਾਸ਼ੀ ਅਭਿਆਨ ਵੀ ਚਲਾਇਆ ਗਿਆ ਕੇਂਦਰ ਸਰਕਾਰ ਪਾਸਿਆਂ ਜੰਮੂ ਕਸ਼ਮੀਰ ਦੇ ਆਮ ਲੋਕਾਂ ਤੋਂ ਦੀ ਪੂਰਜ ਬਣਾਉਣ ਦੇ ਮਕਸਦ ਕਰਨਾਂ ਚਲਾਏ ਜਾਕਰ ਦੇ ਆਊਟਰੀਚ ਪ੍ਰੋਗਰਾਮ ਦੇ ਤਹਿਤ ਪੰਚਾਇਤੀ ਰਾਜ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਕਪਿਲ ਮੋਰੇਸ਼ਵਰ ਪਾਟਿਲੂ ਨੇ ਪੁੰਛ ਜ਼ਿਲ੍ਹੇ ਦੇ ਦੌਰੇ ਦਾ ਉੰਦਾ ਜੱਦੂ ਆਟਿਆੜਾ ਅੱਜ ਮੰਤਰੀ ਉਰੇ ਪੁੰਛ ਚ ਕਈ ਡੈਲੀਗੇਸ਼ਨ ਨੇ ਕਰਨ ਮਲਾਟੀ ਕੀਤੀ ਮਨਿਸਪਲ ਕਮੇਟੀ ਪੁਨਚ ਤੇ ਸੁਰਨਕੋਟ ਦੇ ਇੱਕ ਡੈਲੀਗੇਸ਼ਨ ਕਰਨ ਬੈਠਕ ਦਰਨ ਮਨਨੇ ਪਰਮਨਨੇ ਦੇ ਵਸਨੀਕਾਂ ਵਪਾਰ ਮੰਡਲ ਤੇ ਸਿਵਲ ਸਮਾਜ ਦੇ ਸਦਸੇ ਆਪਣੀਆਂ ਕਈ ਮੰਗਾਂ ਜਮੰਤਰੀਆਂ ਦੇ ਅੱਗੇ ਰੱਖੀਆਂ ਮੰਤਰੀਓ ਨੇ ਉਹਨੇ ਕੀ ਬੜਾ ਤਰੋ ਇਹ ਸੁਨਿਆ ਤੇ ਯਕੀਨ ਦੁਆਇਆ ਜਿਉਂਦੀਆਂ ਮੰਗਾਂ ਕੀ ਪੱਕ ਗਏ ਪੂਰਾ ਕੀਤਾ ਜਾਗ ਤੋਈ ਮੰਤਰੀਓ ਨੇ ਮਗਰਾ ਜ਼ਿਲ੍ਹਾ ਪ੍ਰਸ਼ਾਸਨ ਪਾਸਿਆਂ ਆਯੋਜਿਤ ਇੱਕ ਕਾਰਜਕ੍ਰਮ ਚ ਸ਼ਿਰਕਤ ਵੀ ਕੀਤੀ ਇਹ ਦਿਸ਼ਾ ਪਹਿਲੇ ਆਪਣੇ ਦੌਰੇ ਦੇ ਪਹਿਲੇ ਰੋਜ਼ ਮੰਤਰੀਓ ਨੇ ਕਈ ਸਾਰੇ ਕਾਰਜਕ੍ਰਮ ਤੇ ਗਤੀਵਿਧੀਆਂ ਚ ਸਲੈਤਾ ਉਨੇ ਡੇਰਾ ਨੰਗਾਲੀ ਸਾਹਿਬ ਪੁੰਚ ਜਾਈਏ ਮੱਥਾ ਵੀ ਟੇਕਿਆ ਤੇ ਮਗਰਾ ਉਹ ਸ਼ਰੀ ਬੁੱਢਾ ਮਨਰਾਜ ਦੇ ਮੰਦਰ ਵੀ ਗਏ ਜਿੱਥੇ ਉਹਨੇ ਸਭ ਨੇ ਦੇਸ਼ਵਾਸੀਆਂ ਦੀ ਭਲਾਈ ਬੇਤਰੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਫੌਲਾਤ ਸਰਬੰਦੀ ਮੱਖਮ ਦੇ ਕੇਂਦਰੀ ਮੰਤਰੀ ਰਾਮਚੰਦਰ ਪ੍ਰਸਾਦ ਸਿੰਘ ਗੋਰੀ ਜੰਮੂ ਦੇ ਆਪਣੇ ਦੌਰੇ ਦੇ ਦੋ ਦਿਨ ਰੋਜ਼ ਕੇ ਇੰਡੈਲੀਗੇਸ਼ਨ ਨੇ ਕਰਨੇ ਮਲਾਟੀ ਕੀਤੀ ਉਦਯੋਗ ਤੇ ਵਪਾਰ ਮੰਡਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਜੀਐਸਟੀ ਚ ਛੂਟਸਨ ਹੈ ਕਬਾੜ ਵਾਲੇ ਉਦਯੋਗ ਸਾਰਵਜਨਿਕ ਖੇਤਰ ਦੇ ਉਪਕਰਮੇ ਵਾਲੀਆਂ ਇਕਾਈਆਂ ਤੇ ਭਲੀਆਂ ਲੌਕੇ ਲੌਕੇ ਤੇ ਦਰਮਿਆਨੇ ਦਰਜੇ ਦੇ ਉਦਯਮ ਸਥਾਪਿਤ ਕਰਨੇ ਦੀ ਮੰਗ ਕੀਤੀ ਇਹਦੇ ਇਲਾਵਾ ਸੰਭਾ ਕਟੂਆ ਤੇ ਉਦਮਪੁਰ ਥਮਾ ਉਦਯੋਗਿਕ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਵੀ ਮੰਤਰੀ ਨੂੰ ਦਿੰਨੇ ਮਲਾਟੀ ਕੀਤੀ ਤੇ ਆਪਣੀਆਂ ਮੰਗਾਂ ਉਤੇ ਅੱਗੇ ਰੱਖੀਆਂ ਮంత్రిਉਰੇ ਉਨ੍ਹਾਂ ਕੀ ਬੜਾ ਤ੍ਰੋਇਯ ਸੁਨਿਆ ਤੇ ਯਕੀਨ ਵੀ ਦਿਵਾਇਆ ਜਿਉਂਦੀਆਂ ਜਾਇਜ਼ ਮੰਗੇਂਗੀ ਪਹਿਲ ਦੇ ਬਿਨਾ ਉਪਰਪੂਰਾ ਕਰੀ ਦਿੱਤਾ ਜਾਗ ਕੇਂਦਰ ਸਰਕਾਰ ਪਾਸਿਓ ਚਲਾਏ ਜਾ ਰਹੇ ਆਊਟਰੀਚ ਮਿਸ਼ਨ ਦੇ ਤਹਿਤ ਸਮਾਜ ਜਨੀਆਂ ਤੇ ਸਸ਼ਕਤੀਕਰਨ ਸਰਬੰਦੀ ਮਹਿਕਮੇ ਦੇ ਕੇਂਦਰੀ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਉਰੇ ਕਲ ਸੰਭਾ ਜ਼ਿਲ੍ਹੇ ਚ ਬੜੀ ਬ੍ਰਾਹਮਣਾ ਵਾਲੇ ਪ੍ਰਾਇਮਰੀ ਸਕੂਲ ਦਾ ਦੌਰਾ ਲਾਇਆ ਇਹ ਸਕੂਲ ਬੜੀ ਬ੍ਰਾਹਮਣਾ ਦੇ ઔਦਯੋਗਿਕ ਇਲਾਕੇ ਚ ਕੰਮ ਕਰਨੇ ਵਾਲੇ ਕਾਮਗਾਰਿਆਂ ਦੇ ਬੱਚਿਆਂ ਵਾਸਤੇ ਬਣਾਇਆ ਕੀਤਾ ਹੈ ਮంత్రిਉਰੇ ਰਾਮਗੜਾਲੇ ਸਮੁਦਾਇਕ ਖੇਤ ਕੇਂਦਰ ਚ ਨਸ਼ਾ ਮੁਕਤੀ ਕੇਂਦਰ ਦਾ ਉਦਘਾਟਨ ਵੀ ਕੀਤਾ ਇਤਲਾਵਾ ਉਹਨੇ ਅਲਿੰਕੋ ਦੇ ਸਜੋ ਕਨ ਸਮਾਜ ਕਲਿਆਣ ਵਿਭਾਗ ਪਾਸਿਆ ਚਲਾਈ ਜਾ ਕਰਦੀ ਸਮਾਜੀ ਸੁਰੱਖਿਆ ਲਈ ਬਕ ਬਕ ਯੋਜਨਾ ਦੇ ਤਹਿਤ 3 ਲਭਰਥੀ ਗੀ 343 ਸਾਈਕਲ ਤੇ ਔਰਦੂਗੇ ਲੋਡਸ ਦੇ ਉਪਕਰਨ ਵੰਡੇ ਤੇ 20 ਲਭਰਥੀ ਗੀ ਮਾਲੀ ਮਦਦ ਵੀ ਉਪਲਬਧ ਕਰਵਾਈ ਮਗਰਾਂ ਕੇਂਦਰੀ ਮੰਤਰੀਉਂ ਨੇ ਕਗਵਾਲ ਚ ਕਈ ਡੈਲੀਗੇਸ਼ਨਾਂ ਕਰਨ ਮੌਕਾ ਦਿੱਤੀ ਕਰੀ ਹੈ ਬਕਬਕ ਮਾਮਲੇ ਬਾਰੇ ਉਹਨਾਂ ਨੇ ਗਲਕਾਤਪੀ ਕੀਤੀ ਮੰਤਰੀਉਂ ਨੇ ਡੈਲੀਗੇਸ਼ਨ ਨੇ ਯਕੀਨ ਦਵਾਇਆ ਚ ਉਹਨਾਂ ਚਾਹੇਸ ਮੰਗੇਗੀ ਪੱਕ ਗਏ ਪੂਰਾ ਕਰਵਾਈ ਦਿੱਤਾ ਜਾਗ ਰਸ਼ਟ ਵਿਆਪੀ ਟਿਕਾ ਕਰਨ ਅਭਿਆਨ ਦੇ ਤਹਿਤ ਮੁਲਕ ਪਰ ਅਜ ਅਜੰਡਕਰ ਤਕਰੀਬਨ 94 ਕਰੋੜ ਕੋਵਿਡ ਰੋਧੀ ਟੀਕੇ ਲਾਇ ਦਿੱਤੇ ਕੇ ਦਿਨ ਸਿਹਤ ਮੰਤਰਾਲੇ ਨੇ ਇਸੀ ਕੋਵਿਡ 19 ਦੇ ਖਿਲਾਫ ਲੜਾਈ ਚ ਇੱਕ ਹੋਰ ਵੱਡੀ ਉਪਲਬਧੀ ਦੱਸਿਆ ਛੜਾ ਕੱਲ ਗਏ ਮੁਲਕ ਪਰ ਅਜ 79 ਲੱਖ 12000 ਥਮਮਤੇ ਟੀਕੇ ਲਾਇ ਗੇ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਮੁਲਕ ਭਰਾਂ ਚ ਕੋਵਿਡ ਦੇ 19740 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਇਲਾਦੇਸਾਂ ਚ ਕੋਵਿਡ ਦੇ 236643 ਐਕਟਿਵ ਪੋਜ਼ਿਟਿਵ ਮਾਮਲੇ ਨੇ ਜਿਹੜੇ ਪਿਛਲੇ 206 ਦਿਨਾਂ ਚ ਸਬਨਿਸ਼ਾ ਘਟਨ ਸਿਹਤ ਮੰਤਰਾਲੇ ਮੁਜਬ ਮੁਲਕ ਭਰਾਂ ਚ ਕੋਵਿਡ ਥਮਾ ਠੀਕ ਹੋਣ ਦੀ ਅਲਿੰਦੀ ਦਰ 97.98% ਹੈ ਜਿਹੜੀ ਪਿਛਲੇ ਬਰੇ ਮਾਰਚ ਦੇ ਬਾਅਦ ਸਬਨਿਸ਼ਾ ਮਤੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਗਿਆ ਦੇ ਸੱਚ 23000 ਸ਼ਮਤ ਮਰੀਜ਼ ਠੀਕ ਬਿਓਨ ਜਿਨੇ ਕੀ ਮਿਲਾਈ ਹੈ ਅਜੰਤਕਰ ਕੋਵਿਡ ਤੋਂ ਮਾ ਠੀਕ ਹੋ ਨਹੀਂ ਆਲਿੰਦੀ ਗਿਣਤੀ 3 3 ਕਰੋੜ 32 ਲੱਖ 48000 291 ਹੋਈ ਕਈ ਹੈ लेफ्टिनेंट गवर्नर उन दे सलाहकार फारूक खानो ने रायबाई कने जुड़ी दीं यूनिवर्सिटीयां पर जोर पाया है जो अपने विद्यार्थियों के तजुर्बों पर आधारित ज्ञान हासिल करवाने तां जे रायबाई दे पख पख पहलूयां कने अपने आपे गी जोड़ने दे कन्नो कन्नी नौकरी मांगने आला बनने दे बजाय और नेगी नौकरी देने आले बनन सलाहकार रोजकॉस्ट जम्मू च करसाने ले लोहई के दे एक सम्मेलन दे समापन समारोह च बोला करते हे खानूर याखे जे इस सम्मेलन कने जम्मू कश्मीर ते लद्दाख दे करसाने गी बड़ा मता फायदा थोग ए दे कने के खबरिंदा ए बुलेटिन समाप्त हुआ